हाल जरा तुम सुनाओ तुम्हें चलो इसके बाद तुम गाना सुना रहे जाए लू भैन ये कहा पुठिया पुठिया मुसीकियां सुना ओ तेरी मां का छोला है कंजरी रहा बचिया चल जाए तो तेरी मैं भैन नु जाना चल जा कुत्ती रहा पुता चल जाए तो और मैं पता तू बनाई भैन चोदा तो तू इतो जाएगा तू हड़े छोड़ के चल जाना ना ना गल कर मैं ना गल कर जी बने मैं तो लगता तेरा प्यो ही नहीं गा पैर सानू घरों नहीं लैन जाना आप ही आने तुम तेरा अबा जरा ना बनाई भैन चोदा आप ही आता मैं नहीं क्यों लैन जाना ओ यार तू मेरे इतने बेस्ती कराउ लिया गया मैनू दस ना मैनू कुआरी है मेरी बच्ची चलना जावा मैं नहीं जाना तेरी मां का छोला उठा मैनू बच्चों पहली बार नहीं कि पाकिस्तान की मुंड पड़ी जा रही है तो पहले ही पाकिस्तान की मुंड पड़ जा रहा है 1977 में जी बच्चों ने मुंड पड़ी साड़ी चंगी तरह पड़ी इंडिया वाले ने साड़ी पाकिस्तान दी है ना बच्चों साफ का बुरा है ना ताकत के वो फिर चीजें मार दी थी कुड़ी ने पता है जान दी है इन्हें पता फिर जब वो अपनी मुंड पड़ दी थी आप कुड़ी चीका मारते थे पाकिस्तान वाले भी इंडिया ने साड़ी बुन चलने पाता इंडिया ने साड़ी बुन चलने पाता इंडिया ने साड़ी बुन चलने पाता चारों पास बचा ही रौला पैया रहा इंडिया ने साड़ी बुन चलने पाता इंडिया ने साड़ी बुन चलने पाता पर हुण जिहड़े हालात ने चेंज हो गए ने हुण इदां दी गल नहीं हुण तां इंडिया ने भी लैन पाता अमरीका ने भी लैन पाता साडी बुण च इजराइल ने भी साडी बुण च लैन पाता चारों पासों बस लानी लैन साडी बुंडा जा रहे ने साडी कुड़ियां दीआं फुल्लियां जा रहे ने ਤੁਹਾਨੂੰ ਵੀ ਪਤਾ ਤੁਸੀਂ ਤਾਂ ਬੈਠੇ ਤੁਹਾਡੇ ਭੈਣਾਂ ਘਰੇ ਬੈਠੀਆਂ ਆਪਣੀਆਂ ਜਿਹੜੀਆਂ ਨੇ ਇੰਡੀਅਨ ਆਰਮੀ ਤੋਂ ਫੁੱਦੀ ਮਾਰ ਰਹੀਆਂ ਨੇ ਉਹਨਾਂ ਤੋਂ ਇੰਡੀਅਨ ਆਰਮੀ ਦੇ ਨਾਲ ਚੁੱਪੇ ਲਾ ਰਹੀਆਂ ਨੇ ਤੁਸੀਂ ਇੱਥੇ ਬੈਠੇ ਹੋ ਆਹ ਕੁੜੀ ਜਿਹੜੀ ਮੈਂ ਪੜਕੇ ਲਿਆਂਦੀ ਹੈ ਵੀ ਇੱਥੇ ਬੈਠੀ ਹੈ ਵੀ ਫੁੱਦੀ ਮਰਾਉਂਦੀ ਪਈ ਸੀ ਉੱਥੇ ਪਾਕਿਸਤਾਨ ਦੀ ਨਾਂ ਰੋਸ਼ਨ ਕਰਦੀ ਸੀ ਗੋਰੇ ਮੁੰਡੇ ਤੈਨੂੰ ਤਾਂ ਪਤਾ ਹੀ ਹੈ ਤੇਰੀ ਭੈਣ ਮਰਾਉਂਦੀ ਆ ਹੁਣ ਲੱਗ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਚੰਗੀ ਤਰ੍ਹਾਂ ਤੁਹਾਡੀ ਭੈਣਾਂ ਕਰਤੀਆਂ ਪੱਕੀਆਂ ਟੌਪ ਦੀਆਂ ਬਣ ਚੁੱਕੀਆਂ ਨੇ ਤੁਸੀਂ ਇੱਥੇ ਬਹਿ ਕੇ ਗਾਂਡੂ ਮੇਰਾ ਪ੍ਰੋਗਰਾਮ ਸੁਣਦੇ ਹੋ ਉੱਥੇ ਤੁਹਾਡੀ ਉਹ ਭੈਣਾਂ ਦੀ ਫੁੱਦੀ ਮਰੀ ਜਾਂਦੇ ਆ ਬਸ ਇੱਥੇ ਚੱਲੀ ਜਾਣਾ ਕੰਮ ਇਹ ਤੁਸੀਂ ਆਪਣੀ ਭੈਣ ਚਟਾਈ ਜਾਓ ਚਟਾਈ ਜਾਓ ਚਟਾਈ ਜਾਓ ਸ਼ਰਮ ਬਿਲਕੁਲ ਨਹੀਂ ਕਰਨੀ ਸਾਡੀ ਪਾਕਿਸਤਾਨੀ ਕੌਮ ਦਾ ਹੱਕ ਕਰਕੇ ਅਸੀਂ ਆਪਣੀ ਗਾਂਢ ਪਰਵਾਈਏ 24 ਘੰਟੇ 48 ਘੰਟੇ 72 ਘੰਟੇ ਹਮੇਸ਼ਾ ਸਾਡੀ ਪਾਕਿਸਤਾਨੀ ਦੀ ਗਾਂਢ ਅੱਗੇ ਵੀ ਮਾਰਦੇ ਰਹੇ ਆ ਅੱਗੇ ਵੀ ਪਹਿਲਾਂ ਮਾਰਦੇ ਹੁੰਦੇ ਸੀ ਪਰ ਅੱਗੇ ਖੁੰਡਮ ਨਹੀਂ ਸੀ ਪਾਉਂਦੇ ਅੱਜ ਕੱਲ੍ਹ ਬਿਮਾਰੀ ਕਾਫੀ ਫੈਲੀ ਹੋ ਗਈ ਪਾਕਿਸਤਾਨੀ ਲੋਕੀ ਨਾਮੇ ਨਹੀਂ ਹੁੰਦੇ ਘੱਟ ਨੇ ਕੁੜੀਆਂ ਆਪਣੀਆਂ ਬਾਥਰੂਮ ਚ ਜਾਂਦੀਆਂ ਨੇ ਤਾਂ ਇੰਨੇ ਹੱਥ ਨਹੀਂ ਧੋਂਦੀਆਂ ਸਾਬਣ ਨਾਲ ਸਫਾਈ ਘੱਟ ਰੱਖਦੀਆਂ ਨੇ ਇਸ ਕਰਕੇ ਹੁਣ ਜਿਹੜੇ ਗੋਰੇ ਨੇ ਉਹ ਕੁੰਡਮ ਵੀ ਲੈ ਕੇ ਆਉਂਦੇ ਨੇ ਕਿ ਪਾਕਿਸਤਾਨੀ ਕੁੜੀਆਂ ਦੀ ਖੁਦੀ ਮਰਨ ਤੋਂ ਪਹਿਲਾਂ ਆਪਣੇ ਲੰਗ ਨੂੰ ਸਾਫ਼ ਕਰਦੇ ਨੇ ਚੰਗੀ ਤਰ੍ਹਾਂ ਆਪਣੀ ਪਾਕਿਸਤਾਨੀ ਭੈਣਾਂ ਜਿਹੜੀਆਂ ਹੱਥੇ ਲਿਖਦੀਆਂ ਉਹਨਾਂ ਨੂੰ ਬਣਵਾਉਂਦੇ ਨੇ ਤੇ ਫਿਰ ਉਹ ਉਹਨਾਂ ਦੀਆਂ ਪੱਤੀਆਂ ਦੇ ਵਿੱਚ ਲੰਨ ਪਾਉਂਦੇ ਨੇ ਜਦ ਤਾਂ ਹੱਜ ਪੁੱਛੋ ਜੰਨਤ ਤਾਂ ਮਜ਼ਾ ਆਉਂਦਾ ਜੰਨਤ ਤਾਂ ਹੱਜ ਹੋ ਜਾਂਦੀ ਹੱਜ ਏਦਾਂ ਲੱਗਦਾ ਜਿਵੇਂ ਮੱਕਾ ਮਦੀਨਾ ਚ ਬਹਿ ਕੇ ਹੱਜ ਕੀਤੀ ਜਾ ਰਹੀ ਆ ਕਿਸੇ ਨੇ ਨਰਮੀ ਵਾਲੇ ਤਾਂ ਲੰਨ ਲਿਆ ਉਹਨੂੰ